ਪਹੁੰਚੀ ਹੋਈ ਹੈ ਜੀ ਕਰਤਾਰਪੁਰ ਸਾਹਿਬ, ਜਿੱਥੇ ਸਾਡੇ ਮੁਖਤਲਫ ਲੋਕਾਂ ਨਾਲ ਮੁਲਾਕਾਤਾਂ ਹੋ ਰਹੀਆਂ ਨੇ। ਔਰ ਇਸ ਟਾਈਮ ਸਾਡੇ ਕੋਲ ਜਿਹੜੇ ਬੰਦੇ ਬੈਠੇ ਜੀ, ਇਹ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚੋਂ ਆਏ ਆ। ਬਾਕੀ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ। ਕੀ ਨਾਮ ਆ ਜੀ ਆਪਣਾ? ਪਰਵਿੰਦਰ ਸਿੰਘ। ਪਰਵਿੰਦਰ ਸਿੰਘ, ਆਪਾਂ ਕਿਹੜੇ ਅੰਮ੍ਰਿਤਸਰ ਦੇ ਕਿਹੜੇ ਏਰੀਏ 'ਚੋਂ ਆਏ? ਮੇਰਾ ਅੰਮ੍ਰਿਤਸਰ ਤੋਂ। ਖਾਸ? ਹਾਂ, ਸ਼ਹਿਰ ਦੇ ਵਿੱਚੋਂ। ਹਾਂਜੀ। ਅੱਛਾ, ਪਹਿਲੀ ਵਾਰੀ ਆਏ? ਹਾਂਜੀ। ਕਿੱਦਾਂ ਲੱਗਾ? ਬਹੁਤ ਵਧੀਆ, ਖੁੱਲ੍ਹ ਕੇ ਦੱਸੋ। ਹਾਂਜੀ, ਬਹੁਤ ਵਧੀਆ। ਕੀ ਆਪਣਾ ਸੋਚ ਸੀ ਪਹਿਲੇ ਜਦੋਂ ਆਪਾਂ ਆਉਣਾ ਸੀ, ਜਦੋਂ ਇੱਥੇ ਆਪਾਂ ਪਹੁੰਚ ਗਏ? ਸੋਚ ਤਾਂ ਕੁਛ ਨਹੀਂ, ਮਾਤਾ ਦੇ ਦਰਸ਼ਨ ਕਰਨੇ ਆ, ਮਾਤਾ ਦੇ ਦਰਸ਼ਨ ਕਰਨ ਆਏ। ਅੱਛਾ, ਅੱਜ ਕੱਲ੍ਹ ਉੱਥੇ ਮਤਲਬ ਇਹ ਗੱਲ ਕਰਾਈ ਜਾਂਦੀ ਹੈ ਜੀ, ਇਹ ਬੰਦ ਕਰ ਦਿੱਤਾ ਜੀ, ਜਿਵੇਂ ਗੱਲ ਨਹੀਂ, ਸਾਨੂੰ ਇਹਦੇ ਬਾਰੇ ਕੋਈ ਪਤਾ ਨਹੀਂ, ਅਸੀਂ ਮਹਾਰਾਜ ਦੇ ਦਰਸ਼ਨ ਕਰਨ ਆਏ ਹਾਂ। ਅਸੀਂ ਤਾਂ ਇੰਨਾ ਸ਼ੁਕਰ ਕਰਦੇ ਹਾਂ ਵੀ ਮਹਾਰਾਜ ਨੇ ਬੜੇ ਚਿਰ ਤੋਂ ਅਸੀਂ ਅਰਦਾਸਾਂ ਕਰ ਰਹੇ ਸਾਂ ਕਿ ਸਤਿਗੁਰੂ ਜੀ ਸਾਨੂੰ ਆਪਣੇ ਅਸਥਾਨਾਂ ਦੇ ਦਰਸ਼ਨ ਕਰਾਓ, ਆਜ਼ਾਦ ਕਰੋ, ਇਹਦਾ ਰਸਤਾ ਜਿਹੜਾ ਖੋਲੋ, ਖੁੱਲ੍ਹੇ ਦਰਸ਼ਨ ਦਿਦਾਰੇ। ਹੁਣ ਅਰਦਾਸ ਦੇ ਵਿੱਚ ਹੀ ਬੋਲਦੇ, ਪੰਜਾ ਸਾਹਿਬ ਅਤੇ ਨਨਕਾਣਾ ਸਾਹਿਬ, ਉਹ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦਿਦਾਰੇ ਬਖਸ਼ੋ। ਉਹ ਸਤਿਗੁਰੂ ਜੀ ਨੇ ਸਾਡੇ ਉੱਤੇ ਮਹਾਨ ਮਹਾਨ ਬਖਸ਼ਿਸ਼ ਕੀਤੀ ਅਤੇ ਅਸੀਂ ਬਹੁਤ ਖੁਸ਼ ਹਾਂ। ਇਮਰਾਨ ਖਾਨ ਸਾਹਿਬ ਦੇ ਵੀ, ਸਾਰੀ ਪਾਕਿਸਤਾਨ ਦੀ ਟੀਮ ਦੇ ਬਹੁਤ ਧੰਨਵਾਦ ਹਾਂ ਸਾਰਿਆਂ ਨੇ ਵੀ ਜਿਨ੍ਹਾਂ ਨੇ ਰਸਤਾ ਖੋਲ੍ਹਿਆ ਅਤੇ ਗੁਰੂ ਸਾਹਿਬ ਦੇ ਦਰਸ਼ਨ ਕਰਾਏ ਅਤੇ ਦਰਸ਼ਨ ਗੁਰੂ ਸਾਹਿਬ ਵੀ ਉਹ ਆਪ ਹਿਰਦੇ ਦੇ ਵਿੱਚ ਵਸੇ, ਦੋਵਾਂ ਦੇਸ਼ਾਂ ਦੇ, ਪੰਜਾਬ ਦੇ ਉੱਧਰ ਦੇ ਮੁਲਕ ਦੇ ਵਿੱਚ, ਇੱਧਰਲੇ ਪਾਕਿਸਤਾਨ ਦੇ, ਹਿੰਦੁਸਤਾਨ 'ਚ ਵੀ, ਦੋਵਾਂ ਨੇ ਮੇਲ ਮਿਲਾਪ ਕਰਕੇ ਜਿਹੜਾ ਰਸਤਾ ਗੁਰੂ ਸਾਹਿਬ ਨੇ ਕਿਰਪਾ ਕਰਕੇ ਬਣਾਇਆ, ਬਹੁਤ ਬਹੁਤ ਹੀ ਸਾਰੀ ਟੀਮ ਦਾ ਮੌਕਾ ਦਿੱਤਾ ਸੀ ਮਹਾਰਾਜ ਦੇ ਸਥਾਨ ਜਿਹੜੇ ਜਿੱਥੇ ਮਹਾਰਾਜ ਨੇ ਖੇਤੀ ਕੀਤੀ, ਆਪਣਾ ਸਾਰਾ ਕਿੰਨੇ ਵਿਛੜੇ ਪਏ ਸੀ, ਬਹੁਤ ਤਰਸ ਰਿਹਾ ਸੀ, ਸੁਪਨੇ ਨਹੀਂ ਪੂਰੇ ਹੋਏ, ਸੁਪਨੇ ਪੂਰੇ ਹੋਏ। ਬਹੁਤ ਖੁਸ਼ੀ ਹੋਈ ਸਥਾਨ ਦੇ ਦਰਸ਼ਨ ਕਰਕੇ, ਬਹੁਤ ਵਧੀਆ ਪ੍ਰੋਗਰਾਮ, ਸੰਗਤ ਦੀ ਬਹੁਤ ਸੇਵਾ, ਬਹੁਤ। ਹਾਂਜੀ, ਬੇਟਾ ਹੈ ਮੇਰਾ। ਅੱਛਾ, ਬੇਟਾ ਜੀ। ਹਾਂਜੀ ਬੇਟਾ, ਇੱਕ ਬੇਟਾ ਪੰਜ ਪਿਆਰਿਆਂ ਦੇ ਵਿੱਚ ਨਗਰ ਕੀਰਤਨ ਆਇਆ, ਨਗਰ ਕੀਰਤਨ ਨਾਲ ਪੰਜ ਪਿਆਰਿਆਂ ਦੀ ਕਮਾਈ ਪ੍ਰਸ਼ਾਦਾ ਚੰਗੀ। ਅਸੀਂ ਤਾਂ ਸੁਨੇਹਾ ਇਹ ਦੇਵਾਂਗੇ ਕਿ ਜੋ ਆਪਾਂ ਅਰਦਾਸਾਂ ਕਰਦੇ ਹਾਂ, ਗੁਰੂ ਸਾਹਿਬ ਨੇ ਆਪਣੀਆਂ ਪੂਰੀਆਂ ਕੀਤੀਆਂ ਸੁਣੀਆਂ ਅਤੇ ਆਪਣੇ ਪਾਸਪੋਰਟ ਬਣਵਾਓ, ਜਾਂ ਕਿਸ ਤਰ੍ਹਾਂ, ਜਾਂ ਹੁਣ ਵੀ ਗਾੜੀ ਇਮਰਾਨ ਖਾਨ ਦੇ ਸਰਕਾਰ ਦੇ ਗਾੜੀ ਬੇਨਤੀ ਕਰੋ ਵੀ ਪਾਸਪੋਰਟ ਦੀ ਜਿਹੜੀ ਡਿਮਾਂਡ ਆ ਇਹ ਜਾਣੀ ਕਿ ਬੰਦ ਕਰ ਦਿਓ, ਆਧਾਰ ਕਾਰਡ ਸਾਡੇ ਜੀ ਲਾਹੌਰ ਤੋਂ ਆਏ ਹੋਏ ਜੀ, ਅਸੀਂ ਮਾਂਗਾ ਮੰਡੀ ਸ਼ਾਮ ਦੇ ਫੜੇ ਹਾਂ। ਚੰਗਾ ਲੱਗਾ ਅਸੀਂ ਵੀ ਬਣਵਾ ਲਈ, ਬਿਲਕੁਲ ਐਸਾ ਹੀ ਹੈ। ਅੱਗੇ ਹੋ ਜਾਓ ਤੁਸੀਂ, ਇੱਥੇ ਆਪਣੇ ਚੜ੍ਹਦੇ ਪੰਜਾਬ ਤੋਂ ਆਏ ਹੋਏ ਵੀਰਾਂ ਨੂੰ ਮਿਲਣ ਆਏ ਹਾਂ, ਤਾਂ ਕੀ ਜੀ ਜਜ਼ਬਾ ਜਦੋਂ ਉੱਥੇ ਲਾਹੌਰ ਜੀ? ਅਸੀਂ ਇਹੋ ਹੀ ਸੋਚ ਲਿਆ ਕਿ ਟੁਰੇ ਦੇ ਕਿ ਪਹਿਲਾਂ ਤਾਂ ਬਾਬਾ ਸਾਹਿਬ ਨੂੰ ਸਲਾਮ ਕਰਾਂਗੇ, ਬਾਅਦ ਸਾਡੇ ਜਿਹੜੇ ਵੀਰ ਨੇ ਜਿਹੜੇ ਚੜ੍ਹਦੇ ਪੰਜਾਬ ਤੋਂ ਆਉਂਦੇ ਨੇ ਉਹਨਾਂ ਨਾਲ ਮਿਲਾਂਗੇ, ਗੱਪਚੱਪ ਕਰਾਂਗੇ, ਇੱਕ ਤਹਿ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਅਤੇ ਬੜਾ ਅੱਛਾ ਲੱਗਿਆ ਇੱਥੇ ਆ ਕੇ ਮਿਲ ਕੇ ਸਾਰਿਆਂ ਜੀ, ਬੜਾ ਅੱਛਾ ਲੱਗਿਆ, ਮਜ਼ਾ ਆਇਆ ਸਾਰਿਆਂ ਨੂੰ ਮਿਲ ਕੇ। ਅਤੇ ਇੱਕ ਵੱਡੀ ਗੱਲ, ਦੇਖੋ ਦੂਜੇ ਬਾਰਡਰ ਪਾਰ ਤੋਂ ਆਏ, ਲੇਕਿਨ ਸਾਡੇ ਤਰ੍ਹਾਂ ਹੀ ਨੇ, ਸਾਡੇ ਤਾਂ ਵਾਲਾ ਹੀ ਕਲਚਰ ਹੈ, ਸਾਡੇ ਵਾਲੀ ਬੋਲੀ ਆ, ਅਸੀਂ ਤਾਂ ਵੇਖੋ ਪੱਗਾਂ ਵੀ ਉਹਨਾਂ ਦੀ ਬਣਵਾ ਲਈਆਂ ਨੇ, ਸਾਡੇ ਵਾਲੀਆਂ ਖੇਡਾਂ ਨੇ ਉਹਨਾਂ ਦੀਆਂ ਮੈਂ ਇਹ ਵੀ ਗੁਜ਼ਾਰਿਸ਼ ਕਰਾਂਗਾ ਆਪਣੇ ਚੜ੍ਹਦੇ ਪੰਜਾਬ ਦੇ ਵੀਰਾਂ ਨੂੰ ਕਿ ਇੱਥੇ ਆ ਕੇ ਥੋੜ੍ਹਾ ਜਿਹਾ ਨਾ ਪੱਗ ਪੁੱਗ ਬੰਨ੍ਹਣੀ ਵੀ ਸਾਨੂੰ ਸਿਖਾਇਆ। ਬਹੁਤ ਸ਼ੁਕਰੀਆ ਜੀ। ਕਿਹੜਾ ਚੈਨਲ ਹੈ ਜੀ?
हाँ मुंडा अपना ये कितों दा आया इंडिया दा नहीं पाकिस्तानी है अच्छा मनी है ना पगड़ी में कितना लगा भाई तुसी मिलना आए हो सुनो साढ़े नाल जी अपना साढ़े होर भरा भी आए इन्हां कोलों भी पुछते हैं कित्थों आए की नाम जी अपना सिमरनजीत सिमरनजीत केड़ी जगह तो भाई आपां पटियाले तो पटियाले तो खास पटियाले जी के पिंड लग पटियाले तो पहली बार मैं दूजी बार आया हां किद्दा लगा आपां नु बहुत बढ़िया जी अच्छा बहुत बढ़िया लगदा सारे उरे मिल के उरे दे लोग भी जांदे आ उधर मिलने उधर दे लोग भी चांदे आ मिलना ठीक पर एड़ी विच अपने इक लाइन खिची हुई है चलो ए भी किते रब दी जात ने चाहया ता मध्यम हो जूगी हां हां ਇਹ ਕਿਹੜਾ ਸੋਚਿਆ ਸੀ ਆਪਾਂ ਨੇ ਕਦੇ ਵੀ ਆਹ ਨਹੀਂ ਸੋਚਿਆ ਸੀ ਜੋ ਹੋ ਗਿਆ ਇਹ ਕਦੋਂ ਸੋਚਿਆ ਸੀ ਤਾਂ ਉਹ ਵੀ ਹੋ ਸਕਦਾ ਕਦੇ ਬਿਲਕੁਲ ਅੱਛਾ ਤੁਸੀਂ ਤਾਂ ਕੀਰਤਨ ਦੇ ਨਾਲ ਆਏ ਨਾ ਨਗਰ ਕੀਰਤਨ ਨਗਰ ਕੀਰਤਨ ਆਏ ਆਪਾਂ ਕਿਹੜੀ ਜਗ੍ਹਾ ਤੋਂ ਜੀ ਮਾਨਸਾ ਤੋਂ ਮਾਨਸਾ ਤੋਂ ਤੁਸੀਂ ਪਹਿਲੀ ਵਾਰੀ ਆਏ ਪਹਿਲੀ ਵਾਰ ਕੀ ਮਹਿਸੂਸ ਹੋਇਆ ਤਸਵੀਰਾਂ ਰਾਹੀਂ ਵੀ ਦੇਖਦੇ ਸੀ ਅੱਜ ਆਪਾਂ ਇੱਥੇ ਆ ਗਏ ਆਨੰਦ ਦਾ ਕੋਈ ਕਹਿ ਨਹੀਂ ਸਕਦੇ ਵੀ ਕੋਈ ਮੇਰੇ ਕੋਲ ਲਫ਼ਜ਼ ਨਹੀਂ ਹੈਗੇ ਅੱਛਾ ਬੋਲਣ ਨੂੰ ਕੁਛ ਬਹੁਤ ਜ਼ਿਆਦਾ ਇੱਥੋਂ ਦੇ ਲੋਕਾਂ ਨਾਲ ਮਿਲ ਕੇ ਵੀ ਬਹੁਤ ਖੁਸ਼ੀ ਹੋਈ ਹੈ ਅਤੇ ਆਪਣੇ ਹੀ ਲੱਗ ਰਿਹਾ ਕੋਈ ਸਾਨੂੰ ਐਂ ਨਹੀਂ ਕੋਈ ਫਰਕ ਨਹੀਂ ਹੈਗਾ ਕੋਈ ਸਾਨੂੰ ਐਂ ਨਹੀਂ ਲੱਗ ਰਿਹਾ ਵੀ ਉੱਪਰੀ ਥਾਂ 'ਤੇ ਆਪਣੇ ਹੀ ਲੱਗ ਰਿਹਾ ਮੇਰਾ ਕੁਛ ਅਪਣਾਈਅਤ ਮਿਲੀ ਹੈ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਪਾਕਿਸਤਾਨ ਦੀ ਗਵਰਨਮੈਂਟ ਦੇ ਬਾਰੇ ਕੀ ਕਹਿਣਾ ਚਾਹੋਗੇ ਜੋ ਇਮਰਾਨ ਖਾਨ ਸਾਹਿਬ ਨੇ ਕੰਮ ਕੀਤਾ ਬਹੁਤ ਬਹੁਤ ਜ਼ਿਆਦਾ ਵਧੀਆ ਬਹੁਤ ਜ਼ਿਆਦਾ ਵਧੀਆ ਸਾਡੀ ਅਰਦਾਸਾਂ ਵੀ ਕਬੂਲ ਹੋ ਗਈਆਂ ਕਬੂਲ ਹੋ ਗਈਆਂ ਬਹੁਤ ਜ਼ਿਆਦਾ ਵਧੀਆ ਨੇੜੇ ਆਉਣਾ ਚਾਹੀਦਾ ਆਪਣੀ ਆਵਾਮ ਨੂੰ ਉਹਨਾਂ ਕਰਕੇ ਹੀ ਪੋਸੀਬਲ ਹੋਇਆ ਅੱਜ ਤੱਕ ਵੀ ਨਹੀਂ ਕੀਤਾ ਉਹਨਾਂ ਨੇ ਪਹਿਲ ਕੀਤੀ ਤਾਂ ਉੱਧਰ ਕਰਨਾ ਪਿਆ ਇਹ ਉਹਨਾਂ ਦੀ ਪਹਿਲ ਕਰਕੇ ਮਲੰਗੋ ਤੁਸੀਂ ਕੀ ਕਹਿਣਾ ਚਾਹੋਗੇ ਵਧੀਆ ਚੜ੍ਹਦੀ ਬਹੁਤ ਆਨੰਦ ਆਇਆ ਜੀ ਆਪਣਾ ਨਾਮ ਕੀ ਹੈ ਨਵਦੀਪ ਸਿੰਘ ਕਿਹੜੀ ਜਗ੍ਹਾ ਤੋਂ ਫਰੀਦਕੋਟ ਬਾਬਾ ਫਰੀਦ ਦੇ ਨਾਂ ਬਾਬਾ ਫਰੀਦ ਦੇ ਨਾਂ 'ਤੇ ਫਰੀਦਕੋਟ ਬਲੀਆਂ ਦੀ ਧਰਤੀ ਹੈ ਜੀ ਹੈ ਪਹਿਲੀ ਵਾਰੀ ਆਏ ਆ ਪਹਿਲੀ ਵਾਰੀ ਅੱਛਾ ਕਿੱਦਾਂ ਲੱਗਾ ਆਪਾਂ ਨੂੰ ਇੱਥੇ ਆ ਕੇ ਪੂਰਾ ਬਹੁਤ ਆਨੰਦ ਆਇਆ ਜੀ ਦੁਬਾਰਾ ਫੇਰ ਆਉਂਗੇ ਦੁਬਾਰਾ ਫੇਰ ਆਉਂਗੇ ਸਰ ਕਿਰਪਾ ਕਰਕੇ ਆਪ ਨਹੀਂ ਆਣਾ ਨਾਲ ਦੋ ਚਾਰਾਂ ਨੂੰ ਹੋਰ ਵੀ ਲੈ ਕੇ ਆਵਾਂਗੇ ਹੁਣ ਤਾਂ ਹੀ ਅਸੀਂ ਨਰਕਾਣਾ ਸਾਹਿਬ ਵਾਲੀ ਸਾਈਡ ਜਾਵਾਂਗੇ ਉਹ ਵੀ ਆ ਰਹੀ ਵਿਸਾਖੀ ਹਾਂਜੀ ਹਾਂਜੀ ਆਣ ਵਾਲੇ ਵਕਤ ਦੇ ਵਿੱਚ ਤੁਸੀਂ ਉੱਥੇ ਵੀ ਆਇਓ ਤੇ ਖੁੱਲੇ ਵੀਜ਼ੇ ਲੈ ਕੇ ਆਓ ਪਾਕਿਸਤਾਨ ਚਰੋ ਤਰੋ ਸਾਰਾ ਕੁਝ ਦੇਖੋ ਹਾਂਜੀ ਤੁਹਾਨੂੰ ਚੰਗਾ ਲੱਗੂਗਾ ਲੋਕ ਚੰਗੇ ਲੱਗਣਗੇ ਲੋਕ ਤਾਂ ਚੰਗੇ ਹੀ ਹੈ ਜੀ ਬਹੁਤ ਪਿਆਰ ਮਿਲਿਆ ਚੰਗੇ ਤਾਂ ਹੈਗੇ ਆ ਬਿਲਾ ਸ਼ੁਬਾ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿਉਂਕਿ ਤੁਸੀਂ ਆਪਣੀ ਆ ਕੇ ਅੱਖੀ ਦੇਖ ਲਿਆ ਨਾ ਇੱਕ ਮੀਡੀਆ ਨੇ ਜਿਹੜਾ ਮਾਹੌਲ ਕ੍ਰੀਏਟ ਕੀਤਾ ਸੀਗਾ ਉਹ ਨੈਗੇਟਿਵ ਸੀਗਾ ਉਹ ਆਪਾਂ ਜਦੋਂ ਆਉਣਾ ਜਾਣਾ ਮਿਲਣਾ ਵਰਤਣਾ ਉਹ ਫਿਰ ਤਾਂ ਸਹੀ ਹੋਣਾ ਹਾਂਜੀ ਪਤਾ ਲੱਗ ਜਾਣਾ ਵੀ ਹਕੀਕਤ ਕੀ ਆ ਸੁਣਦੇ ਸੁਣਾਉਂਦੇ ਕੀ ਆ ਕੀ ਸੁਨੇਹਾ ਦੋਗੇ ਹੁਣ ਜਾ ਕੇ ਬਹੁਤ ਪਿਆਰ ਮਿਲਿਆ ਇੱਧਰ ਜਿਹੜਾ ਉੱਧਰ ਇੱਕ ਕ੍ਰੀਏਟ ਕੀਤਾ ਹੋਇਆ ਵੀ ਜੇ ਚਲੇ ਜਾਓਗੇ ਤਾਂ ਮੁੜ ਕੇ ਵੀਜ਼ਾ ਨਹੀਂ ਲੱਗੂ ਐਵੇਂ ਦੀ ਕੋਈ ਹੋਰ ਨਹੀਂ ਹੈਗੀ ਉਹ ਤਾਂ ਅਸੀਂ ਪਹਿਲੇ ਵੀ ਦੱਸਿਆ ਜੀ ਕਿ ਜਿਹੜਾ ਵੀਜ਼ੇ ਵਾਲੀ ਗੱਲ ਕਰਦੇ ਨਾ ਕਿ ਸਟੈਂਪ ਲਗਾਉਂਦੇ ਆ ਕੋਈ ਸਟੈਂਪ ਪਾਸਪੋਰਟ 'ਤੇ ਸਟੈਂਪ ਨਹੀਂ ਲਗਾਉਂਦੇ ਹੈਗੇ ਉਹ ਇੱਕ ਪੇਪਰ ਆ ਜਿਹੜਾ ਉਹਦੇ 'ਤੇ ਸਟੈਂਪ ਲਗਾਉਂਦੇ ਆ ਪਾਸਪੋਰਟ ਤਾਂ ਤੁਹਾਡੀ ਆਈਡੈਂਟੀਫਿਕੇਸ਼ਨ ਲਈ ਆ ਬਾਕੀ ਤਾਂ ਜੀ ਸ਼ਨਾਖਤ ਲਈ ਆ ਰਿਫਿਊਜ਼ ਹੋਣਾ ਉਹ ਤਾਂ ਉਹ ਵੀ ਹੋ ਜਾਂਦੇ ਆ ਵੀਜ਼ੇ ਤੋਂ ਕਦੇ ਵੀ ਤੁਸੀਂ ਜਾਂਦੇ ਰਿਫਿਊਜ਼ ਹੋ ਜਾਂਦੇ ਆ ਉਹ ਤੁਹਾਡੇ ਕਾਗਜ਼ਾਤ ਨਾਮ ਕਰਨਾ ਹੋਣਗੇ ਉਹਦੀ ਵਜ੍ਹਾ ਬਣ ਸਕਦੀ ਆ ਇਹ ਕੋਈ ਨਹੀਂ ਕਿ ਫਲਾਂ ਬੰਦੇ ਨੂੰ ਨਹੀਂ ਆਪਣਾ ਵੀ ਆਪਾਂ ਆਣ ਦੇਣਾ ਹੈਗਾ ਇਹ ਕੋਈ ਵਜ੍ਹਾ ਨਹੀਂ ਜਿਹਦੇ ਕਾਗਜ਼ ਮੁਕੰਮਲ ਨਹੀਂ ਤਾਂ ਦੁਨੀਆ ਦੇ ਕਿਸੇ ਵੀ ਮੁਲਕ ਦੇ ਵਿੱਚ ਤੁਸੀਂ ਸ਼ਨਾਖਤੀ ਕਾਰਡ ਬਣਾਉਣ ਜਾਓ ਤੁਹਾਡੇ ਦਫ਼ਤਰ ਦੇ ਵਿੱਚ ਕਾਗਜ਼ ਨਹੀਂ ਮੁਕੰਮਲ ਲਾਇਸੈਂਸ ਬਣਾਉਣ ਜਾਓ ਤਾਂ ਤੁਹਾਨੂੰ ਉਹਨਾਂ ਨੇ ਵਾਪਸ ਭੇਜ ਦੇਣਾ ਤਾਂ ਆਪਣੇ ਮੁਲਕ ਦੇ ਵਿੱਚ ਆਪਣੇ ਸ਼ਹਿਰਾਂ ਵਿੱਚ ਵੀ ਆਪਣਾ ਇੱਦਾਂ ਹੋ ਸਕਦਾ ਹੈ ਬਹੁਤ ਸ਼ੁਕਰੀਆ ਜੀ ਭਾਈ ਉਹਨਾਂ ਨੇ ਗੱਲਬਾਤ ਦੱਸੀ ਔਰ ਇੱਥੋਂ ਆ ਕੇ ਇਹਨਾਂ ਨੂੰ ਪਿਆਰ ਮੁਹੱਬਤ ਜੋ ਮਿਲਿਆ ਸਾਰਾ ਤੁਹਾਡੇ ਰੂਬਰੂ ਕੀਤਾ ਜੀ ਇਨਸ਼ਾਅੱਲਾ ਇੱਕ ਪਿੰਡ ਪੰਜਾਬ ਦਾ ਜਨਰਲੀ ਵੀ ਫਿਰ ਕਿਸੇ ਹੋਰ ਪ੍ਰੋਗਰਾਮ ਕਰਕੇ ਪਹੁੰਚਾ ਦੇਵਾਂਗੇ ਰੱਬ ਰੱਖੇ